ਕਈ ਕਈ ਵਾਰ ਕਿ ਇੱਕ ਇੱਕ ਸਾਡਾ ਬੰਦਾ ਮਰਦਾ ਉਹਨਾਂ ਦੇ ਪੰਜ ਮਾਰੋ ਕਦੇ ਦੋ ਮਾਰ ਕੇ ਕਦੇ ਤਿੰਨਾਂ ਨੂੰ ਮਾਰ ਦਿੰਦੇ ਨੇ ਕਦੇ ਚਾਰ ਮਾਰਦੇ ਕੋਈ ਸਾਡੇ ਲੋਕ ਫालतੂ ਨਹੀਂ ਔਰ ਸਾਡੇ ਬੰਦਿਆਂ ਨੂੰ ਕੋਈ ਖਤਰਾ ਹੈ ਉਹਨਸ ਤੋਂ ਉਸ ਚੀਨੀ ਤੋਂ ਗੋਲੀ ਮਾਰਨ ਦਾ ਹੁਕਮ ਦਿਓ ਗੱਲ ਹੋਈ ਹੈ ਚੜੀ ਹੋਈ ਹੈ ਗਲਵਾਨ ਦੇ ਵਿੱਚ ਉਹ ਆਲ ਪਾਰਟੀ ਮੀਟਿੰਗ ਹੋਈ ਸੀ ਸਾਡੀ ਪਾਰਟੀ ਨੇ ਆਪਣੇ ਜੋ ਸਵਾਲ ਕਰਨੇ ਸੀ ਪ੍ਰਧਾਨ ਮੰਤਰੀ ਨਾਲ ਕੀਤੇ ਨੇ ਲੇਕਿਨ ਇੱਕ ਗੱਲ ਸਾਰੇ ਪਾਰਟੀਆਂ ਨੇ ਕਿਹਾ ਕਿ ਅਸੀਂ ਤੁਹਾਡਾ ਸਾਥ ਦੇਵਾਂਗੇ ਜੋ ਕਦਮ ਸਰਕਾਰ اٹھਾਉਣਾ ਚਾਹੁੰਦੀ ਹੈ ਦੇਸ਼ ਦੀ ਹਵਾਲਤ ਵਾਸਤੇ ਪੂਰੀ ਪਾਰਟੀ ਹਰ ਪਾਰਟੀ ਉਹਦੇ ਵਾਸਤੇ ਸਪੋਰਟ ਕਰਨ ਨੂੰ ਤਿਆਰ ਹੈ ਸੋ ਅਸੀਂ ਦੇਖਦੇ ਹਾਂ ਉਹ ਪ੍ਰਧਾਨ ਮੰਤਰੀ ਜੀ ਕੀ ਕਰਦੇ ਨੇ ਇਸ ਦਾ ਸਾਹਮਣਾ ਕਰਨ ਲਈ ਲੇਕਿਨ ਇਹ ਜੋ ਇਹ ਚੀਨੀ ਨੇ ਨਾ ਮੈਂ ਤਾਂ ਕਹੇ ਰਿਹਾ ਮੇਰੀ ਪਹਿਲੀ ਜਦੋਂ ਮੈਂ ਫੌਜ ਦੇ ਵਿੱਚ ਭਰਤੀ ਹੋਇਆ ਸੀ 1963 ਵਿੱਚ 2 ਸਾਲ ਮੇਰੀ ਪੋਸਟਿੰਗ ਉੱਥੇ ਚੀਨ ਦੇ ਬਾਰਡਰ ਦੇ ਉੱਪਰ ਹੋਈ ਸੀ ਔਰ ਉੱਥੇ ਇਹਨਾਂ ਦਾ ਕੋਈ ਇਤਵਾਰ ਨਹੀਂ ਅਸੀਂ ਪਹਿਲਾਂ ਦੇਖਦੇ ਆਏ 1962 ਤੋਂ ਕਹਿੰਦੇ ਕੁਛ ਨਹੀਂ ਕਰਦੇ ਕੁਛ ਨਹੀਂ ਉਹ ਤਿਆਰੀ ਰੱਖਣੀ ਚਾਹੀਦੀ ਹੈ ਲੇਕਿਨ ਆ ਜਿਹੜਾ ਅਸੀਂ ਦੇਖਦੇ ਆਂ ਕਿ ਹਥਿਆਰ ਬਿਗੈਰ ਸਾਡੇ ਪਟ੍ਰੋਲਾਂ ਨੂੰ ਜਾਂ ਫੌਜੀਆ ਨੂੰ ਜਿਹੜੇ ਪਟ੍ਰੋਲਿੰਗ ਤੇ ਕੰਮ ਜਾਂਦੇ ਨੇ ਜਾਂ ਜਾਂ ਘੁੰਮਦੇ ਨੇ ਬਿਗੈਰ ਹਥਿਆਰ ਉਹਨਾਂ ਨੂੰ ਭੇਜਿਆ ਜਾਂਦਾ ਹੈ ਹੁਣ ਇਹ ਬਿਲਕੁਲ ਗਲਤ ਬਾਤ ਹੈ ਮੇਰੇ ਹੱਕ 'ਚ ਨਹੀਂ ਔਰ ਮੈਂ ਜਰੂਰ ਕੱਲ ਇਹ ਗੱਲ ਵੀ ਕਹੀ ਹੈ ਕਿ ਗਵਰਨਮੈਂਟ ਆਫ ਇੰਡੀਆ ਪਤਾ ਕਰੇ ਕਿ ਇਹ ਹੁਕਮ ਕਿਨੇ ਦਿੱਤਾ ਹੈ ਕਿਵੇਂ ਹੋ ਸਕਦਾ ਹੈ ਮੈਂ ਵੀ ਜਦੋਂ ਅਸੀਂ ਜਾਂਦੇ ਸੀ ਜਦੋਂ ਮੋਰਚੇ ਤੋਂ ਨਿਕਲਦੇ ਸੀ ਅਸੀਂ ਔਰ ਪਟ੍ਰੋਲ ਤੇ ਜਾਂਦੇ ਸੀ ਹਰ ਤਰੀਕੇ ਦੇ ਅਸੀਂ ਹਥਿਆਰ ਨਾਲ ਲੈ ਕੇ ਜਾਂਦੇ ਸੀ ਏ ਜੰਗਰਾਂ ਨਾਲ ਨਹੀਂ ਕਿ ਪਤਾ ਸੀ ਕਿ ਚੀਨੀ ਕਿੱਥੇ ਬੈਠਾ ਹੈ। ਤੋਂ ਇਹ ਗੱਲਾਂ ਜਿਹੜੀਆਂ ਹੁੰਦੀਆਂ ਨੇ ਕਿ ਕੈਸੇ ਤੁਸੀਂ ਆਪਣੇ ਫੌਜੀਆ ਨੂੰ ਭੇਜਦੇ ਹੋ ਕਿ ਤੁਸੀਂ ਜਾ ਕੇ ਉਹਨਾਂ ਦੇ ਨਾਲ ਤੁਸੀਂ ਪੱਥਰ ਮਾਰ ਕੇ ਉਹਨਾਂ ਨੂੰ ਮਾਰੋ ਇੱਕ 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 ਇਹ ਤਾਂ ਯੋਗ ਕੁਝ ਹੋਰ ਬਣ ਗਿਆ ਹੁਣ। ਹੁਣ ਤਾਂ ਯੋਗ ਹੈਗਾ ਪਰਮਾਣੂ ਯੋਗ। ਔਰ ਲੋਕਾਂ ਨੇ ਤੁਸੀਂ ਲੈ ਜਾਂਦੇ ਹੋ ਇੱਥੇ ਪੱਥਰ ਔਰ ਡੱਕੇ ਔਰ ਡੰਡਿਆਂ ਨਾਲ ਔਰ ਇਸ ਕਿਸਮ ਦਾ ਔਰ ਜਿਸ ਤਰੀਕੇ ਨਾਲ ਇਹ ਕੱਲ ਕੀਤਾ ਸਾਡੇ ਲੋਕਾਂ ਦੇ ਨਾਲ ਕਿ ਤੁਸੀਂ ਲੋਹੇ ਦੇ ਕੋਈ ਡੰਡੇ ਲੈ ਕੇ ਉਹਨਾਂ ਤੇ ਕਿੱਲੇ-ਕੁੱਲੇ ਗੱਡ ਕੇ ਤੁਸੀਂ ਆਪਣੇ ਬੰਦਿਆਂ ਨੂੰ ਮਾਰਦੇ ਹੋ ਕੋਈ ਤਰੀਕਾ ਹੈ ਔਰ ਅਗਰ ਉਹਨਾਂ ਦਾ ਤਰੀਕਾ ਹੈ ਮੈਂ ਮੈਂ ਕਿਹਾ ਕਈ ਵਾਰ ਕਿ ਅਗਰ ਇੱਕ ਇੱਕ ਸਾਡਾ ਬੰਦਾ ਮਰਦਾ ਹੈ ਉਹਨਾਂ ਦੇ ਪੰਜ ਮਾਰੋ ਇਹੀ ਪਾ ਗਵਰਨਮੈਂਟ ਆਫ ਇੰਡੀਆ ਦੀ ਪਾਲਿਸੀ ਹੋਣੀ ਚਾਹੀਦੀ ਹੈ ਔਰ ਮੈਂ ਆਸ ਕਰਦਾ ਕਿ ਗਵਰਨਮੈਂਟ ਆਫ ਇੰਡੀਆ ਕੁਝ ਸੋਚੂ ਹੁਣ ਔਰ ਇਹ ਬਿਲਕੁਲ ਜੋ ਪਾਲਿਸੀ ਜੋ ਨੀਤੀ ਹੈ ਕਿ ਕੋਈ ਫੌਜੀ ਕੋਈ ਬਿਨ ਬਿਗੈਰ ਹਥਿਆਰ ਭੇਜਿਆ ਜਾਵੇ ਇਹ ਬਿਲਕੁਲ ਖਤਮ ਕਰ ਰਹਿ ਸਕਲੂ ਅਗਰ ਚੀਨ ਚੀਨ ਹੈ ਤਾਂ ਕੋਈ ਭਰੋਸਾ ਨਹੀਂ ਆਪਾਂ ਕਰ ਸਕਦੇ ਅਸੀਂ ਬਹੁਤ ਇਹ ਦੇ ਕੀਤਾ ਆਪਣੇ ਬਹੁਤ ਮੁੰਡੇ ਆਪਣੇ ਪੰਜਾਬ ਦੇ ਸ਼ਹੀਦ ਹੋਏ ਨੇ ਉੱਥੇ 1962 ਵਿੱਚ 1967 ਵਿੱਚ 1971 ਵਿੱਚ ਉਦੋਂ ਵੀ ਚੀਨ ਦੇ ਉੱਥੇ ਗਏ ਤੇ ਗੜਬੜ ਹੋਈ ਇੱਥੇ ਤਾਂ ਜਿੱਥੇ ਔਰ ਔਸੇ ਦੌਰਾਨ ਹਿੰਦੁਸਤਾਨ ਦੇ ਫੌਜੀਆਂ ਨਾਲੋਂ ਪੰਜਾਬੀ ਫੌਜੀਆਂ ਨਾਲ ਤਾਂ ਮੈਂ ਇਹਦੇ ਤੇ ਬੜਾ ਸਖਤ ਤਰੀਕੇ ਨਾਲ ਇਹ ਮੈਂ ਬਿਆਨ ਦਿੰਦਾ ਹੈ ਟੈਲੀਵਿਜ਼ਨ ਨੂੰ ਔਰ ਮੈਂ ਆਸ ਕਰਦਾ ਕਿ ਸਰਕਾਰ ਸੈਂਟਰ ਦੀ ਸਰਕਾਰ ਸੁਣਦੇ ਸੁਣੇ ਔਰ ਆਪਣੇ ਫੌਜੀਆ ਨੂੰ ਇਸ حساب ਨਾਲ ਹੁਕਮ ਦੇਵੇ ਕਿ ਜਦੋਂ ਕੋਈ ਬੰਦਾ ਆਉਂਦਾ ਔਰ ਸਾਡੇ ਬੰਦਿਆਂ ਨੂੰ ਕੋਈ ਖਤਰਾ ਹੈ ਉਸ ਤੋਂ ਉਸ ਚੀਨੀ ਤੋਂ ਗੋਲੀ ਮਾਰਨ ਦਾ ਹੁਕਮ ਦਿਓ